ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਤੁਹਾਡੇ ਦਫ਼ਤਰ ਆਏ ਔਰ ਮਹਿੰਦਰ ਭਗਤ ਹੋਰੀ ਵੀ ਆਏ। ਆਮ ਆਦਮੀ ਪਾਰਟੀ ਦੀ ਜਲੰਧਰ ਦੇ ਵਿੱਚ ਜਿੱਤ ਹੋਈ ਸੀਗੀ ਔਰ ਉਸ ਤੋਂ ਬਾਅਦ ਹੁਣ ਵਿਧਾਇਕ ਬਣੇ ਨੇ। ਦੇਖੋ ਜੀ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜਿਹੜਾ ਸੰਵਿਧਾਨ ਰਚਿਆ ਉਹਦੇ ਤਹਿਤ ਤਿੰਨ ਸਰਕਾਰ ਦੇ ਅੰਗ ਹੁੰਦੇ ਨੇ। ਇੱਕ ਤੁਹਾਡੀ ਨਿਆਂਪਾਲਿਕਾ ਜਿਹਦੇ ਹੈੱਡ ਮਾਣਯੋਗ ਚੀਫ ਜਸਟਿਸ ਹੁੰਦੇ ਆ, ਇੱਕ ਤੁਹਾਡੀ ਕਾਰਜਪਾਲਿਕਾ ਜਿਹਦੇ ਵਿਧਾਇਕ ਮਾਣਯੋਗ ਮੁੱਖ ਮੰਤਰੀ ਸਾਹਿਬ ਹੁੰਦੇ, ਇੱਕ ਹੁੰਦੀ ਹੈ ਵਿਧਾਨ ਪਾਲਿਕਾ, ਉਹਦੇ ਹੈੱਡ ਸਪੀਕਰ ਹੁੰਦੇ। ਸੋ ਬਤੌਰ ਸਪੀਕਰ ਮੈਂ ਅੱਜ ਜਿਹੜੇ ਸਾਡੇ ਨਵੇਂ ਚੁਣ ਕੇ ਆਏ ਹੋਏ ਵਿਧਾਇਕ ਮਾਣਯੋਗ ਵਿਧਾਇਕ ਸ਼੍ਰੀ ਭਗਤ ਜੀ, ਮਹਿੰਦਰ ਭਗਤ ਜੀ, ਜਿਹੜੇ ਕਿ ਜਲੰਧਰ ਪੱਛਮੀ ਤੋਂ ਹੁਣ ਜਿਹੜਾ ਬਾਏ ਇਲੈਕਸ਼ਨ ਹੋਇਆ ਸੀ ਉੱਥੋਂ ਜਿੱਤ ਕੇ ਆਏ ਆ, ਉਹਨਾਂ ਨੂੰ ਅੱਜ ਉਹਨਾਂ ਨੂੰ ਸਹੁੰ ਚੁਕਾਈ ਹੈ ਔਰ ਨਾਲ ਹੀ ਇਹ ਕਾਮਨਾ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਇਹ ਕਾਰਜਕਾਲ ਹੈ ਇਹ ਜਲੰਧਰ ਦੇ ਲੋਕਾਂ ਦੀ ਸੇਵਾ ਵਿੱਚ ਵਿਚਰਦਿਆਂ ਉਹਨਾਂ ਦੀਆਂ ਆਸਾਂ 'ਤੇ ਪੂਰਾ ਖਰਾ ਉਤਰੇ। ਔਰ ਇੱਕ ਬੜੀ ਮਨ ਨੂੰ ਤਸੱਲੀ ਵੀ ਹੋਈ ਹੈ ਵੀ ਚੁੰਨੀ ਲਾਲ ਭਗਤ ਜੀ ਦੇ ਫਰਜੰਦ ਨੇ ਇਹ, ਜਿਹੜੇ ਕਿ ਮਾਣਯੋਗ ਮੈਂਬਰ ਰਹੇ ਇਸ ਸਦਨ ਦੇ, ਮੰਤਰੀ ਵੀ ਰਹੇ ਪੰਜਾਬ ਸਰਕਾਰ ਦੇ ਵਿੱਚ, ਉਹਨਾਂ ਦੇ ਫਰਜੰਦ ਅਤੇ ਬੋਰਡ ਦੀ ਥਾਂ ਬੋਰਡ ਲੱਗ ਗਿਆ। ਲੜਾਈ ਵਾਲੀ ਗੱਲ, ਚਾਰ ਸੀਟਾਂ ਵਿਧਾਨ ਸਭਾ ਦੀਆਂ ਅਜੇ ਖਾਲੀ ਪਈਆਂ, ਕੁਰਸੀਆਂ ਖਾਲੀ ਪਈਆਂ ਨੇ, ਕਦੋਂ ਤੱਕ ਜਿਹੜੇ ਚਰਚਾ ਵੀ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹੋ ਜਾਣਗੀਆਂ ਔਰ ਉਹਨਾਂ ਨੂੰ ਵੀ ਜਲਦ ਭਰਿਆ ਜਾਏਗਾ? ਦੇਖੋ, ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨੋਟੀਫਾਈ ਕਰਨਾ ਹੁੰਦਾ ਕਦੋਂ ਇਲੈਕਸ਼ਨ ਹੋਣਾ, ਅਤੇ ਉਹ ਸਰਕਾਰ ਦਾ ਕੰਮ ਹੈ ਜੀ, ਫਿਰ ਉਹ ਕਰਵਾ ਲਏਗੀ। ਇਲੈਕਸ਼ਨ ਕਮਿਸ਼ਨ ਦਾ ਬੇਸਿਕਲੀ ਕੰਮ ਹੁੰਦਾ। ਵਿਧਾਨ ਸਭਾ ਦੇ ਨਾਲ ਇੱਕ ਬੜਾ ਅਹਿਮ ਚਰਚਾ ਹੋਈ ਕਿ ਜਿਹੜਾ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਸੱਦੇ ਗਏ ਸੀਗੇ ਪਿਛਲੇ ਕਈ ਮੁੱਦਿਆਂ ਨੂੰ ਲੈ ਕੇ, ਉਹਨਾਂ ਵਿੱਚ ਇੱਕ ਬਿੱਲ ਪਾਰਿਤ ਕੀਤਾ ਗਿਆ ਸੀਗਾ, ਪਹਿਲਾਂ ਰਾਜਪਾਲ ਕੋਲ ਪੈਂਡਿੰਗ ਰਿਹਾ, ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ, ਫਿਰ ਉਹ ਪ੍ਰੈਜੀਡੈਂਟ ਕੋਲ ਚਲਾ ਗਿਆ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ, ਜਿੱਥੇ ਕਿਹਾ ਜਾਂਦਾ ਕਿ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਨੇ ਹੁਣ ਰਾਜਪਾਲ ਨਹੀਂ ਸੀਐਮ ਦੇ ਕੋਲ ਇਹ ਜ਼ਿੰਮਾ ਜਿਹੜਾ ਆਉਣਾ ਚਾਹੀਦਾ, ਉਹਨਾਂ ਨੂੰ ਰਾਸ਼ਟਰਪਤੀ ਨੇ ਵਾਪਸ ਭੇਜ ਦਿੱਤਾ ਹੈ। ਕਦੋਂ ਭੇਜਿਆ ਗਿਆ ਔਰ ਕੀ ਵਜ੍ਹਾ ਕਰਕੇ, ਕੀ ਰੀਜ਼ਨ ਦਿੱਤਾ ਗਿਆ ਕਿ ਉਹਨੂੰ ਰਿਜੈਕਟ ਕਰ ਦਿੱਤਾ ਗਿਆ? ਦੇਖੋ ਜੀ, ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਦੇ ਮਾਲਕ ਹੁੰਦੇ ਨੇ ਮਹਾਮਹਿਮ ਰਾਸ਼ਟਰਪਤੀ, ਸੋ ਉਹਨਾਂ ਦੇ ਡਿਸੀਜਨ ਦੇ ਉੱਤੇ ਮੈਂ ਬਤੌਰ ਸਪੀਕਰ ਕੋਈ ਟਿੱਪਣੀ ਨਹੀਂ ਕਰਾਂਗਾ। ਵਾਪਸ ਆ ਗਿਆ ਤੁਹਾਡੇ ਕੋਲ? ਜੀ, ਬਿੱਲ ਵਾਪਸ ਆ ਗਿਆ। ਕੋਈ ਰੀਜ਼ਨ ਦੱਸਿਆ ਉਹਨਾਂ ਨੇ ਕਿ ਕਿਉਂ ਇਸ ਨੂੰ ਰਿਜੈਕਟ ਕੀਤਾ? ਨਹੀਂ, ਇਹਦੇ 'ਤੇ ਉਹਨਾਂ ਦੇ ਆਫਿਸ ਨੂੰ ਹੀ ਪਤਾ ਹੈ। ਕੀ ਦੁਬਾਰਾ ਭੇਜਿਆ ਜਾ ਸਕਦਾ ਜਾਂ ਅੱਗੇ ਕੀ ਕੁਛ ਰਹਿ ਸਕਦਾ ਜੇ ਟੈਕਨੀਕਲ ਤੌਰ 'ਤੇ ਸਮਝ ਨਾ ਹੋਵੇ? ਦੇਖੋ, ਇਹ ਬਿੱਲ ਬਣਦੇ ਰਹਿੰਦੇ ਨੇ, ਭੇਜੇ ਜਾਂਦੇ ਰਹਿੰਦੇ ਨੇ, ਫਿਰ ਡਿਸਕਸ਼ਨਾਂ ਹੁੰਦੀਆਂ, ਫਿਰ ਚਲੇ ਜਾਂਦੇ ਨੇ, ਲੇਕਿਨ ਇਹਨਾਂ ਸਾਰਿਆਂ ਦਾ ਜਿਹੜਾ ਦਾਇਤਵ ਹੈ, ਜਿਹੜੀ ਜ਼ਿੰਮੇਵਾਰੀ ਹੈ, ਇਹ ਪਾਰਲੀਮੈਂਟਰੀ ਅਫੇਅਰ ਡਿਪਾਰਟਮੈਂਟ ਦੀ। ਪਾਰਲੀਮੈਂਟਰੀ ਅਫੇਅਰ ਅਗਰ ਚਾਹੇ ਤਾਂ ਕੀ ਦੁਬਾਰਾ ਭੇਜਿਆ ਜਾ ਸਕਦਾ? ਇਹ ਉਹਨਾਂ ਨੇ ਆਪਸ਼ਨ ਐਕਸਪਲੋਰ ਕਰਨੀ ਹੈ ਕੀ ਆਪਸ਼ਨ, ਕਿਉਂਕਿ ਇਸ ਤੋਂ ਇਲਾਵਾ ਦੋ ਬਿੱਲ ਹੋਰ ਪੈਂਡਿੰਗ ਪਏ ਨੇ, ਉਹ ਵੀ ਸ਼ਾਇਦ ਰਾਸ਼ਟਰਪਤੀ ਕੋਲ ਹੀ ਨੇ, ਉਹ ਕਿਹੜੇ ਕਿਹੜੇ ਬਿੱਲ ਨੇ ਔਰ ਉਹਨਾਂ ਬਾਬਤ ਕੋਈ ਜਾਣਕਾਰੀ ਹੈ ਕਿ ਉਹਨਾਂ ਨੂੰ ਅਸੈਪਟ ਕਰਕੇ ਕਾਨੂੰਨ ਬਣਾਇਆ ਜਾਏਗਾ ਜਾਂ ਫਿਰ ਉਹ ਵਾਪਸ ਭੇਜੇ ਜਾ ਰਹੇ ਆ? ਕੋਈ ਉਸ ਉਹਨਾਂ ਬਾਰੇ ਜਾਣਕਾਰੀ ਹੈ? ਉਹਨਾਂ ਵਿੱਚ ਇੱਕ SGPC ਨਾਲ ਤਾਲੁਕ ਹੈ, ਇੱਕ ਪੁਲਿਸ ਨਾਲ ਤਾਲੁਕ ਹੈ? ਬਿਲਕੁਲ, ਤੁਸੀਂ ਦੱਸ ਹੀ ਦਿੱਤਾ, ਇਹ ਦੋਨੇ ਬਿੱਲ ਹੈ, ਇਹ ਹਜੇ ਮਾਣਯੋਗ ਮਹਾਮਹਿਮ ਰਾਸ਼ਟਰਪਤੀ ਜੀ ਦੇ ਵਿਚਾਰ ਅਧੀਨ। ਧੰਨਵਾਦ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਵਿਧਾਨ ਸਭਾ।